ਭਾਰਤੀ ਜਨਤਾ ਪਾਰਟੀ ਵੱਲੋਂ, ਭਾਰਤੀ ਜਨਤਾ ਪਾਰਟੀ ਦੇ ਪਰਿਵਾਰ ਵੱਲੋਂ, ਸਾਡੇ ਸੁਨੀਲ ਕੁਮਾਰ ਜਾਖੜ ਸਾਹਿਬ ਜਿਹੜੇ ਪ੍ਰਧਾਨ ਨੇ ਬੀਜੇਪੀ ਦੇ, ਉਹਨਾਂ ਵੱਲੋਂ ਸਾਡੇ ਖਾਸ ਤੌਰ 'ਤੇ ਜ਼ਿਲ੍ਹੇ ਦੇ ਪ੍ਰਧਾਨ ਅਤੇ ਮਾਨ ਸਾਹਿਬ ਵੱਲੋਂ, ਸਾਡੇ ਹਲਕੇ ਦੇ ਇੰਚਾਰਜ ਦੇਵੀ ਸਾਹਿਬ ਵੱਲੋਂ ਅਤੇ ਮੇਰੇ ਵੱਲੋਂ, ਸਾਡੇ ਛੋਟੇ ਵੀਰ ਪਿਆਰੇ ਵੀਰ ਕਪਿਲ ਜਨੇਜਾ ਜੀ, ਜਿਨ੍ਹਾਂ ਨੇ ਕਪਿਲ ਜਨੇਜਾ ਜੀ ਨੇ ਜਿਹੜੀ ਅੱਜ ਮੋਦੀ ਜੀ ਦੀ ਸੋਚ ਦੇਖ ਕੇ, ਮੋਦੀ ਜੀ ਦੇ ਕੰਮ ਦੇਖ ਕੇ ਅੱਜ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਜੁਆਇਨ ਕੀਤੀ ਹੈ। ਜੋ ਉਹਨਾਂ ਦੇ ਪਿਛਲੇ 10 ਸਾਲ ਦੇ ਕੰਮ ਨੇ ਉਹਨੂੰ ਦੇਖਦੇ ਹੋਏ ਵੀ ਅੱਗੇ, ਅਤੇ ਦੂਜੀ ਅੱਜ ਤੱਕ ਕਿਉਂ ਕਿਸੇ ਪਾਰਟੀ ਹੋਰ ਸੀਗੇ, ਕਿਉਂਕਿ ਅੱਜ ਤੱਕ ਬੀਜੇਪੀ ਇਲੈਕਸ਼ਨ ਨਹੀਂ ਲੜਦੀ ਸੀ, ਇਕੱਲੀ ਅਕਾਲੀ ਦਲ ਦੇ ਨਾਲ ਇਲੈਕਸ਼ਨ ਲੜਦੀ ਸੀ। ਅਤੇ ਜਦੋਂ ਇਸ ਵਾਰ ਪਹਿਲੀ ਵਾਰ ਇਹ ਫੈਸਲਾ ਕੀਤਾ ਵੀ ਜਿਹੜਾ ਫੁੱਲ ਆ ਬੀਜੇਪੀ ਪਾਰਟੀ ਆਪਣੇ ਸਿੰਬਲ 'ਤੇ ਲੜੇਗੀ ਲੁਧਿਆਣੇ, ਅਤੇ ਉਹਦੇ ਨਾਲ ਅੱਜ ਸਾਰੇ ਵੱਡੇ ਤੋਂ ਵੱਡੇ ਜਿਹੜੇ ਇਹ ਲੋਕ ਕਿਸੇ ਪਾਰਟੀ ਦੇ ਥੋੜ੍ਹੀ ਬਣਾਏ ਹੋਏ ਆ, ਇਹ ਲੋਕ ਸਮਾਜ ਦੀ ਸੇਵਾ ਕਰਕੇ, ਧਰਮ ਦੀ ਸੇਵਾ ਕਰਕੇ, ਲੋਕਾਂ ਨੂੰ ਰਾਸ਼ਨ ਵੰਡ ਕੇ, ਲੋਕਾਂ ਨੂੰ ਖੂਨਦਾਨ ਕੈਂਪ ਲਗਾ ਕੇ, ਲੋਕਾਂ ਨੂੰ ਕੋਵਿਡ ਵੇਲੇ ਲੰਗਰ ਲਗਾ ਕੇ, ਉਹ ਸੇਵਾ ਯਾਤਰਾ ਸਭ ਤੋਂ ਵੱਡੀ ਜਿਹੜੀ ਯਾਤਰਾ ਕੱਢੀ ਇਹਨਾਂ ਨੇ, ਉਸ ਵੇਲੇ ਹੈਰਾਨਗੀ ਦੀ ਗੱਲ ਹੋਈ ਜਦੋਂ ਆਏ ਇਸ ਤਰੀਕੇ ਦੇ ਨਾਲ, ਨਾਲੇ ਉਹ ਯਾਤਰਾ ਨਿਸ਼ਕਾਮ ਹੋ ਕੇ ਉਹ ਯਾਤਰਾ ਇਹਨਾਂ ਨੇ ਆਪਣੀ ਪਰਿਵਾਰ ਆਪਣੀ ਟੀਮ ਨਾਲ ਉਹ ਐਡੀ ਵੱਡੀ ਯਾਤਰਾ ਕੱਢੀ। ਅਤੇ ਇਹਨਾਂ ਦਾ ਸਾਰੀ ਪਾਰਟੀ ਨੇ, ਅਸੀਂ ਇਹਨਾਂ ਤੋਂ ਨਾਲ ਕਾਫੀ ਦਿਨਾਂ ਦੇ ਇਨਟੱਚ ਸੀਗੇ ਅਤੇ ਇਹਨਾਂ ਨੂੰ ਰਿਕੁਐਸਟ ਕਰ ਰਹੇ ਸੀ, ਅਤੇ ਇਹਨਾਂ ਦਾ ਇਹਨਾਂ ਨੇ ਉਦੋਂ ਹੀ ਕਿਹਾ ਵੀ ਮੈਨੂੰ ਕਹਿਣ ਦੀ ਲੋੜ ਨਹੀਂ, ਮੈਂ ਜੋ ਪ੍ਰਧਾਨ ਮੰਤਰੀ ਦੇਸ਼ ਦੇ ਅੱਜ ਕਰ ਰਹੇ ਆ, ਦੁਨੀਆ 'ਚ ਜੋ ਨਾਂ ਅੱਜ ਨਰਿੰਦਰ ਮੋਦੀ ਜੀ ਦਾ, ਉਹਨਾਂ ਦੇ ਕਰਕੇ ਮੈਂ ਜੁਆਇਨ ਕਰਦਾ। ਅਸੀਂ ਇਹਨਾਂ ਦਾ ਤੈਅ ਦਿਲੋਂ, ਇਹਨਾਂ ਦਾ, ਇਹਨਾਂ ਦੇ ਪਰਿਵਾਰ ਦਾ, ਇਹਨਾਂ ਦੀ ਸਾਰੀ ਨੌਜਵਾਨ ਟੀਮ ਦਾ, ਤੁਸੀਂ ਦੇਖਿਆ ਕਿਸ ਤਰੀਕੇ ਨਾਲ ਇਕੱਲਾ ਇਕੱਲਾ ਨੌਜਵਾਨ ਆ ਜਿਹੜਾ, ਨਹੀਂ ਸਿਆਸਤ ਦੇ ਵਿੱਚ ਬਹੁਤ ਨੌਜਵਾਨ ਦਾ ਘੱਟ ਇੰਟਰਸਟ ਹੁੰਦਾ, ਪਰ ਅੱਜ ਜਨੇਜਾ ਜੀ ਸਾਰੀ ਟੀਮ ਜਿਹੜੀ ਆ, ਜਿੱਥੇ ਬਜ਼ੁਰਗਾਂ ਦਾ ਆਸ਼ੀਰਵਾਦ, ਮਾਵਾਂ ਦਾ ਆਸ਼ੀਰਵਾਦ, ਉੱਥੇ ਯੰਗ ਬਲੱਡ ਜਿਹੜਾ ਅੱਗੇ ਆਉਣ ਵਾਲਾ ਭਵਿੱਖ ਆ, ਉਹ ਅੱਜ ਜੁਆਇਨ ਕਰਾਇਆ। ਸਭ ਤੋਂ ਵੱਡੀ ਖੁਸ਼ੀ ਇਹ ਆ, ਇਹ ਤਾਂ ਸੈਂਕੜਿਆਂ ਦੀ ਗਿਣਤੀ 'ਚ ਅੱਜ ਤਾਂ ਬਹੁਤ, ਕਿਉਂਕਿ ਵੱਡਾ ਪ੍ਰੋਗਰਾਮ ਜਿਹੜਾ ਇਹ ਅੱਗੇ ਆਉਣ ਵਾਲੇ ਦਿਨਾਂ 'ਚ ਰੱਖਣਗੇ। ਅੱਜ ਤਾਂ ਜਿਹੜੇ ਮੇਨ ਲੀਡਰ ਨੇ, ਜਿਹੜੇ ਇਹਨਾਂ ਨਾਲ ਵੱਡੇ ਲੈਵਲ 'ਤੇ ਇਹਨਾਂ ਦੀਆਂ ਕਮੇਟੀਆਂ ਸੀਗੀਆਂ, ਯਾਤਰਾ ਜਿਹੜੀ ਕਮੇਟੀ ਆ, ਚਾਹੇ ਬਲੱਡ ਡੋਨੇਸ਼ਨ ਕਮੇਟੀ ਆ, ਲੰਗਰ ਕਮੇਟੀ ਆ, ਉਹ ਸਾਰੀਆਂ ਕਮੇਟੀਆਂ ਨੇ, ਜਾਂ ਜਿਹੜੇ ਵੱਡੇ ਬਹੁਤ ਬਿਜ਼ਨਸ ਹਾਊਸਿਸ ਨੇ ਜਿਹੜੇ ਅਲੱਗ ਅਲੱਗ ਕੰਮ ਕਰਦੇ ਆ, ਉਹਨਾਂ ਨੂੰ ਅੱਜ ਜਿਹੜਾ ਤਕਰੀਬਨ ਉਹ 50 ਤੋਂ ਉੱਤੇ ਗਿਣਤੀ ਆ, ਜਿਹੜੇ ਵੱਡੇ ਵੱਡੇ ਜਿਹੜੇ ਗਰੁੱਪ ਨੇ ਉਹ ਜੁਆਇਨ ਕਰਾਏ। ਹਾਂ, ਅੱਜ ਹੀ ਆ ਹੁਣੀ ਪਤਾ ਲੱਗਿਆ ਵੀ ਦਿੱਲੀ ਦੇ ਪ੍ਰਧਾਨ ਜਿਹੜੇ ਨੇ ਕਾਂਗਰਸ ਪਾਰਟੀ ਦੇ, ਉਹ ਵੀ ਰਿਜ਼ਾਈਨ ਕਰ ਗਏ। ਲਵਲੀ ਜੀ ਬਹੁਤ ਵੱਡਾ ਥੰਮ ਸੀ, ਕਿਉਂਕਿ ਯਾਰ ਸਮਝੌਤਾ ਕਰ ਲਿਆ ਉੱਥੇ, ਜਿਹੜਾ ਆਮ ਆਦਮੀ ਪਾਰਟੀ ਹੈ ਜਿਹਨੇ ਸਾਰੇ ਜਿਹੜੇ ਘੁਟਾਲੇ ਕੀਤੇ ਆ, ਜਿਹੜੀਆਂ ਠੱਗੀਆਂ ਮਾਰੀਆਂ ਹੋਈਆਂ, ਅਤੇ ਕਾਂਗਰਸ ਪਾਰਟੀ ਦਿੱਲੀ ਦੀ ਸਾਰੀ ਨਾਰਾਜ਼ ਹੈ ਇਸ ਗੱਲ 'ਤੇ ਵੀ ਤੁਸੀਂ ਕਿਹਦੇ ਨਾਲ ਸਮਝੌਤਾ ਕੀਤਾ ਜੀ, ਇਹ ਤਾਂ ਸਾਨੂੰ ਕੁੱਟਦੇ ਅਤੇ ਲੁੱਟਦੇ ਰਹੇ ਆ, ਇਹਨਾਂ ਨਾਲ ਤੁਸੀਂ ਸਮਝੌਤਾ ਕਰਕੇ ਟਿਕਟਾਂ ਦੇਤੀਆਂ। ਅਤੇ ਇਸ ਕਰਕੇ ਕੰਮ ਤਾਂ ਨਿਰੰਤਰ, ਮੈਂ ਤੁਹਾਨੂੰ ਦੱਸਿਆ, ਜਾਰੀ ਰਹਿਣਾ ਹੈ ਇਹ। ਆ ਮੈਂ ਤੁਹਾਨੂੰ ਔਨ ਰਿਕਾਰਡ ਪਹਿਲਾਂ ਵੀ ਕਿਹਾ ਸੀ, ਅੱਜ ਵੀ ਕਹਿਣਾ,
ਬਈ ਕਾਂਗਰਸ ਪਾਰਟੀ ਦੇ ਓਪੋਜੀਸ਼ਨ ਪਾਰਟੀਆਂ ਦੇ ਕੈਂਡੀਡੇਟ ਨੇ ਜਿਹੜੇ ਉਹ ਮੈਦਾਨ ਛੱਡ ਭੱਜਣਗੇ, ਉਹ ਆਪਣੀਆਂ ਟਿਕਟਾਂ ਵਿਦਡਰਾਅ ਕਰਨਗੇ। ਤੁਸੀਂ ਇਹ ਗੱਲ ਦੇਖਿਓ, ਜਿਵੇਂ ਜਿਵੇਂ ਫੇਸ ਵਾਈਜ਼ ਇਲੈਕਸ਼ਨ ਚੱਲੇਗੀ ਕੈਂਡੀਡੇਟ ਆ ਜਿਹੜਾ ਉਹ ਭੱਜਣਗੇ। ਨਹੀਂ ਕਹਿੰਦੇ 29 ਤਰੀਕ ਨੂੰ ਕਹਿੰਦੇ ਕਰ ਦੇਣਗੇ ਨਾ। ਜੁਆਇਨ ਕਰਨ ਦਾ ਮੇਰਾ ਇੱਕੋ ਹੀ ਕਾਰਨ ਹੈ ਕਿ ਦੇਸ਼ ਦੇ ਯਸ਼ਸਵੀ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਆਪਾਂ ਪੰਜਾਬ ਵਿੱਚ ਲਿਆਉਣਾ। ਸਾਰਾ ਕੁਛ ਦੇਖਦੇ ਹੋਏ, ਊਚ ਨੀਚ ਨੂੰ, ਉੱਪਰ ਨੀਚੇ ਨੂੰ ਸਭ ਦੇਖਦੇ ਹੋਏ, ਹੁਣ ਇੱਕੋ ਹੀ ਗੱਲ ਕਹਾਂਗਾ, ਜੇ ਪੰਜਾਬ ਦੀ ਤਰੱਕੀ ਆਪਾਂ ਚਾਹੁੰਦੇ ਹਾਂ, ਪੰਜਾਬ ਦੀ ਜਨਤਾ ਪੰਜਾਬ ਦੀ ਤਰੱਕੀ ਚਾਹੁੰਦਾ ਹੈ, ਤਾਂ ਆਪਣੇ ਕੋਲ ਸਿਰਫ ਇੱਕੋ ਹੀ ਵਿਕਲਪ ਹੈ, ਬੀਜੇਪੀ ਅਤੇ ਬੀਜੇਪੀ। ਪਰ ਕਾਂਗਰਸ ਦੇ ਵਿੱਚ ਤੁਹਾਨੂੰ ਬੜੇ ਅੱਛੇ ਅੱਛੇ ਅਹੁਦੇ ਮਿਲ ਰਹੇ ਸੀਗੇ, ਤੁਹਾਨੂੰ ਹੁਣੇ ਪਾਕਿਸਤਾਨ ਪ੍ਰਧਾਨ ਦਾ ਅਹੁਦਾ ਵੀ ਮੈਂ ਸੁਣ ਰਿਹਾ ਜੀ ਤੁਹਾਨੂੰ ਮਿਲ ਰਿਹਾ ਜੀ। ਦੇਖੋ ਗੱਲ ਪਤਾ ਕੀ ਹੈ, ਜ਼ਿਲ੍ਹਾ ਪ੍ਰਧਾਨ ਦਾ ਅਹੁਦਾ ਬਹੁਤ ਵੱਡਾ ਹੁੰਦਾ, ਕੋਈ ਅਹੁਦਾ ਨਹੀਂ ਮਿਲ, ਇਹ ਬਾਅਦ ਦੀਆਂ ਗੱਲਾਂ ਰਹਿ ਗਈਆਂ, ਇਹ ਖਾਲੀ ਹਵਾਈ ਫਾਇਰ ਸੀਗੇ ਜਿਹੜੇ ਕਰਨਾ ਚਾਹੁੰਦੇ ਸੀ ਮੈਨੂੰ ਰੋਕਣ ਵਾਸਤੇ, ਉਹ ਮੈਂ ਉਹ ਗੱਲਾਂ 'ਚ ਆਇਆ ਨਹੀਂ। ਮੈਂ ਮੋਦੀ ਜੀ ਦੀ ਨੀਤੀਆਂ ਨੂੰ ਦੇਖਦੇ ਹੋਏ ਕਿ ਉਹਨਾਂ ਨੇ ਸਾਡਾ ਵੱਡਾ ਭਰਾ ਬਿੱਟੂ ਜੀ ਨੂੰ ਸਾਨੂੰ ਇੱਥੇ ਬਣਾ ਕੇ ਭੇਜਿਆ ਹੈ, ਉਹ ਇਹਨਾਂ ਨੂੰ ਵੋਟ ਪਵਾ ਕੇ ਅਸੀਂ ਇਹਨਾਂ ਨੂੰ ਮੋਦੀ ਦੇ ਕੋਲ ਪੇਸ਼ ਕਰਨਾ ਹੈ ਅਤੇ ਬੀਜੇਪੀ ਦੀ ਸਰਕਾਰ ਲਿਆਉਣੀ ਹੈ। ਕਿੰਨੇ ਸਾਥੀ ਹੋ ਰਹੇ ਜੀ ਤੁਹਾਡੇ? ਸਾਡਾ ਪੰਜਾਬ ਦੁੱਧ ਦਹੀਂ ਵਾਲਾ ਪੰਜਾਬ ਸੀ, ਠੀਕ ਹੈ ਜੀ। ਆਹ ਦੁੱਧ ਪਿਆ ਅਤੇ ਆਹ ਦਹੀਂ ਪਈ ਆ, ਆਹ ਲੱਸੀ ਪਈ ਆ ਅਤੇ ਖੀਰ ਪਈ ਆ। ਪਰ ਅੱਜ ਜਿਹੜਾ ਸਾਡਾ ਪੰਜਾਬ ਤੁਰਦਾ ਪਿਆ ਨਾ, ਸ਼ਰਾਬ ਵਾਲਾ ਪੰਜਾਬ ਬਣ ਰਿਹਾ। ਤੁਸੀਂ ਦੇਖੋ ਪਿੰਕ ਠੇਕੇ ਖੁੱਲ ਰਹੇ, ਪਿੰਕ ਠੇਕੇ ਕੀ ਹੈ ਤੁਹਾਨੂੰ ਅੱਧੀ ਦੁਨੀਆਂ ਨੂੰ ਪਤਾ ਹੀ ਨਹੀਂ ਹੋਣਾ। ਲੇਡੀਜ਼ ਵਾਸਤੇ ਵੱਖਰੇ ਠੇਕੇ ਖੁੱਲ੍ਹੇ ਜਾ ਰਹੇ ਪੰਜਾਬ ਦੇ ਵਿੱਚ, ਇਹ ਕਦੀ ਹੋਇਆ ਸੀ ਅੱਜ ਤੱਕ ਜੀ? ਜਗ੍ਹਾ ਜਗ੍ਹਾ ਚੌਂਕਾਂ 'ਚ ਸ਼ਰਾਬ ਦੇ ਠੇਕੇ। ਆਪਣਾ ਪੰਜਾਬ ਦੁੱਧ ਦਹੀਂ ਵਾਲਾ ਪੰਜਾਬ ਹੈ, ਸ਼ਰਾਬਾਂ ਵਾਲਾ ਪੰਜਾਬ ਨਹੀਂ ਹੈ। ਅਸੀਂ ਇਸ ਚੀਜ਼ ਨੂੰ ਰੋਕਣਾ ਹੈ ਅਤੇ ਮੋਦੀ ਜੀ ਗੌਰਮੈਂਟ ਨੂੰ ਇਹ ਸਾਡਾ ਪੰਜਾਬ ਆ ਪਿਆ ਦੁੱਧ, ਆ ਚਿੱਟਾ, ਇਹ ਚਿੱਟਾ ਦੁੱਧ ਸੀ ਨਾ ਕਿ ਚਿੱਟਾ ਦੂਜਾ, ਆ ਲੱਸੀ ਅਤੇ ਆ ਖੀਰ। ਇਹ ਸਾਡਾ ਪੰਜਾਬ, ਪੁਰਾਣਾ ਪੰਜਾਬ ਇਹ ਹੈ। ਅਸੀਂ ਚਾਹੁੰਦੇ ਹਾਂ ਕਿ ਬਿੱਟੂ ਜੀ ਤੁਸੀਂ ਜਿੱਤੋ ਅਤੇ ਸਾਡਾ ਪੰਜਾਬ ਸ਼ਰਾਬ ਦੇ ਠੇਕਿਆਂ ਤੋਂ ਦੂਰ ਰਹਿ ਕੇ ਦੁੱਧ ਦਹੀਂ ਵਾਲਾ ਪੰਜਾਬ। ਮੇਰੇ ਨਾਲ ਅੱਜ 60-70 ਲੋਕ ਐਸੇ ਹੈ ਜਿਹਦੇ ਨਾਲ ਇੱਕ ਇੱਕ ਪਰਿਵਾਰ ਦੇ ਵਿੱਚ 50-60-70 ਪਰਿਵਾਰਿਕ ਵੋਟਾਂ ਹੈ। ਇਹ ਆਉਣ ਵਾਲੇ ਦਿਨ 'ਚ ਇੱਕ ਹੋਰ ਬਹੁਤ ਵੱਡਾ, ਜੇ ਬਿੱਟੂ ਜੀ ਆਗਿਆ ਦੇਣਗੇ, ਭਾਰਤੀ ਜਨਤਾ ਪਾਰਟੀ ਆਗਿਆ ਦੇਗੀ, ਇੱਕ ਬਹੁਤ ਅੱਛੇ ਲੈਵਲ ਦਾ ਜਲਸਾ ਕਰਾਂਗੇ ਜਿਸ ਵਿੱਚ 500-400 ਫੈਮਲੀਆਂ, 500-400 ਬਿਜ਼ਨਸਮੈਨ, ਇੰਡਸਟਰੀ ਸ਼ਾਮਿਲ ਹੋਣਗੇ। ਨਾਲੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ, ਇਹ ਕਿਤੇ ਇਹ ਥੋੜ੍ਹੀ ਆ ਵੀ ਇੱਕ ਨਾਂ ਆ, ਇੱਕ ਬ੍ਰਾਂਡ ਆ, ਇਹਦੇ ਇਹਨੂੰ ਦੇਖਦੇ ਹੋਏ ਜਿਹੜੇ ਲੋਕ ਨੇ ਉਹ ਹਵਾ ਬਦਲਦੀ ਆ, ਰੁੱਖ ਬਦਲਦੇ ਆ, ਗੱਲ ਇਹ ਨਹੀਂ ਹੁੰਦੀ ਨਾਲ ਕਿੰਨੇ ਨੇ, ਨਾਲ ਇਹ ਹੁੰਦਾ ਵੀ ਹਾਂ ਉਹ ਵੀ ਬੀਜੇਪੀ ਜੁਆਇਨ ਕਰ ਗਿਆ, ਉਹ ਵੀ ਬੀਜੇਪੀ ਜੁਆਇਨ ਕਰ ਗਿਆ, ਉਹਦੇ ਨਾਲ ਇੱਕ ਹਵਾ, ਇੱਕ ਰੁੱਖ ਆ ਜਿਹੜਾ ਉਹ ਬਦਲਦਾ ਹੈ ਇਹੋ ਜਿਹੇ ਲੋਕਾਂ ਦੇ ਨਾਲ ਆਉਣ 'ਚ। ਸ਼ਹਿਰ ਦੀ ਹਵਾ ਹੈ ਜਿਹੜੀ ਉਹ ਬਦਲਦੀ ਆ ਵੀ ਯਾਰ ਜਿਹੜੇ ਚੰਗੇ ਲੋਕ ਨੇ ਉਹ ਸਾਰੇ ਛੱਡ ਕੇ ਬੀਜੇਪੀ ਜਾ ਰਹੇ ਆ, ਇਹ ਮਕਸਦ ਇਹ ਆ, ਵੱਡਾ ਸੋਚ ਇਹ ਆ। ਧੰਨਵਾਦ।